ਕਿੰਨੇ ਪਾਏ ਮੇਰੇ 200 ਹੋ ਭਰਾਵਾ 200 ਤੇਰੇ ਹੀ 300 ਮੇਰੇ ਹੀ ਲੈ ਭਲੇ ਕਿੰਨਾ ਪੁੱਠੇ ਪੈ ਗਏ ਜਦੋਂ ਇਹਨੇ ਆਪਣੇ ਵੱਧ ਪਾਉਣੇ ਦੇ ਉਦੋਂ ਬਿਲਕੁਲ ਸਹੀ ਜਾਂਦੇ ਨੇ ਸਾਡੇ ਵਾਰੀ ਪੁੱਠੇ ਕਰ ਦਿੰਦਾ ਏ ਯਾਰ ਮੈਂ ਜੇਬ ਚ ਪਾ ਲਿਆ ਘਰਦਿਆਂ ਨੂੰ ਪਾਇਆ ਨਾ ਤੇਰੇ ਘਰਦਿਆਂ ਦਾ ਮੇਰੇ ਘਰਦਿਆਂ ਦਾ ਫਰਕ ਹੈ ਕੋਈ ਯਾਰ ਮਾਰਕੀਟ ਚੋਂ ਹੀ ਬੰਦ ਹੋ ਗਿਆ ਮੂੰਹ ਤਾਂ ਬਣਾ ਕੇ ਰੱਬ ਨੇ ਮੂੰਹ ਨਹੀਂ ਲਾਇਆ ਚਾਚਾ ਦੁਨੀਆ ਸਭ ਤੋਂ ਪਹਿਲਾਂ ਤੇਰਾ ਮੂੰਹ ਵੇਖ ਕੇ ਕਿਸੇ ਨੇ ਕਿਹਾ ਸੀ ਕੀ ਫਿੱਟੇ ਮੂੰਹ ਕੰਮ ਦੱਸੋ ਕੀ ਏ ਪੱਕੇ ਹੋਣਾ ਜੀ ਇੰਨਾ ਕੁ ਪੱਕਾ ਹੋਣਾ ਤੂੰ ਮੈਨੂੰ ਦੱਸ ਦੇ ਮੈਂ ਮਿਸਤਰੀ ਬੁਲਾ ਕੇ ਚਾਰ ਦੀਵਾਰੀ ਕਰਾ ਦਿਆਂ ਤੇਰੀ ਇੰਨਾ ਕੁ ਪੱਕਾ ਹੋਣਾ ਪੱਕਾ ਕਰਾ ਦੇ ਯਾਰ ਹੁਣ ਕਿੰਨਾ ਕੁ ਚਿਰ ਲਾਉਣਾ ਦੇਖੂ ਅਜੇ ਸਾਲ ਦੋ ਸਾਲ ਤੇਰੇ ਰੰਗ ਟਾ ਮੈਂ ਕਿਹੜਾ ਵਿੰਟਰ ਚ ਪੀਲੇ ਪੈ ਕੇ ਝੜ ਜਾਣਾ ਆਹੀ ਰੰਗ ਰਹਿਣਾ ਜਿਹੜਾ 6 ਮਹੀਨੇ ਤੋਂ ਵੇਖ ਰਹੀ ਮੇਰੇ ਦਿਓਰ ਦੇ ਮੁੰਡੇ ਨੇ ਯੂਕੇ ਆਉਣਾ ਤੁਸੀਂ ਮੈਨੂੰ 2-3 ਦਿਨ ਪਹਿਲਾਂ ਦੱਸ ਦਿਓ ਮੈਂ ਛੁੱਟੀ ਲੈ ਕੇ ਨਾ ਉਹਨੂੰ ਪਿਕ ਕਰਿਆ ਹਾਂ ਏਅਰਪੋਰਟ ਤੋਂ ਯਾਰ ਤੁਹਾਡੇ ਇੰਗਲੈਂਡ ਚ ਠੰਡ ਬਹੁਤ ਆ ਅਜੇ ਤਾਂ ਪਈ ਨਹੀਂ ਠੰਡ ਮੇਰੇ ਤਾਂ ਪੈ ਗਈ ਕਿਰਾਇਆ ਦੇਣਾ ਪੈਗਾ ਚੱਲ ਹੁਣ ਚੱਲੀਏ ਸ਼ਿਫਟ ਲਾਉਣ ਨੂੰ ਦੱਸ ਮੈਂ ਨਿੱਕੀ ਸਾਲੀ ਦੇ ਮੂੰਹ ਵਾਲਿਆ ਕਿੰਨਾ ਚਿਰ ਹੋ ਗਿਆ ਤੈਨੂੰ 2 ਮਹੀਨੇ ਹੱਥ ਥੱਲੇ ਕਰ ਤੇਰੀ ਧੁਨੀ ਡਿੱਗ ਪੈਂਦੀ ਹੈ ਤੇ ਤੂੰ ਵੇ ਲੰਮੇ ਵਾਲਾ ਵਾਲਿਆ ਉਹ ਮੈਂ ਤੇ ਜੀ ਤੁਹਾਡੇ ਅੱਗੇ ਹੀ ਆਇਆ ਜੇ ਹੁਣ ਮਸਾ ਤੇਰੀ ਫਾਈਲ ਅੱਗੇ ਲੱਗੀ ਹੈ ਨਾਲ ਹੀ ਤੇਰੇ ਕੋਲ ਪੈਸੇ ਮੁੱਕ ਗਏ ਆ ਵਕੀਲ ਸਾਹਿਬ ਤੁਹਾਡੇ ਤੇ ਜਾਂ ਕੁਝ ਤੇ ਕਰੋ ਮੈਂ ਇਹ ਹੀ ਕਰ ਸਕਦਾ ਜੇ ਇਸ ਵਾਰੀ ਵੀ ਕਿਰਾਇਆ ਨਹੀਂ ਦੇਣਾ ਤੇ ਚੁੱਕੋ ਆਪਣਾ ਸਮਾਨ ਉਹ ਘੱਟੋ ਘੱਟ ਮੈਂ ਤੇ ਇਸ ਕਮਰੇ 'ਚ ਖੁੱਲਾ ਡੁੱਲਾ ਸੌਵਾਂ ਚੌਧਰੀ ਜਿੱਡਾ ਕਿ ਤੂੰ ਹੈਗਾ ਤੂੰ ਖੁੱਡੇ 'ਚ ਵੀ ਬਿਸਤਰਾ ਲਾ ਲਿਆ ਤੇ ਖੁੱਲਾ ਹੀ ਸੌਣਾ ਪਾਸਾ ਨਹੀਂ ਮੈਂ ਲੈਣਾ ਕਿਤੇ ਤੇਰਾ ਪਾਸਾ ਕਿੰਨਾ ਕੁ ਲੈਣਾ ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ ਚਲੋ ਨਿਕਲੋ ਇੱਥੋਂ ਦਵਾ ਆਓ ਕਿਰਾਇਆ ਦੇ ਦਿੰਦੇ ਤੇ ਕਮ ਅਜ਼ ਕਮ ਇੱਜ਼ਤ ਤੇ ਬਚ ਜਾਂਦੀ ਤੂੰ ਬਾਹਰ ਨਿਕਲ ਚਾਰਲਸ ਤੇ ਆ ਸਾਲਿਆ ਤੂੰ ਦੱਸਿਆ ਨਹੀਂ ਤੂੰ ਚਾਰਲਸ ਦਾ ਸਾਲ ਹੈ ਰਿਚਾ ਪੜਿਆ ਲਿਖਿਆ ਵੈਲ ਸੈਟਲਡ ਅਗਲਾ ਕਮੀ ਕੀ ਦੱਸਾਂ ਮਨਾ ਕਰਨ ਜਿੱਚ ਮਰਜ਼ੀ ਯਾਰ ਕਮੀਆਂ ਕੱਢ ਦੋ ਮੇਰੇ ਪਿੱਛੇ ਕੁੜੀ ਬੈਠੀ ਹੈ ਨਾ ਸੋਹਣੀ ਜੀ ਇਹ ਝੋਨੇ 20 ਗਲਤੀਆਂ ਕੱਢਦਾ ਮੁੰਡਾ ਉਹ ਹੈ ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਪੁੱਤ ਚੱਲ ਮੇਰਾ ਪੁੱਤ ਚੱਲ ਚੱਲ ਮੇਰਾ ਮੰਮੀ ਸਤਿ ਸ੍ਰੀ ਅਕਾਲ ਪੈਰੀ ਪੈਣਾ ਕੀ ਹਾਲ ਚਾਲ ਜੇ ਦੀਵਾਲੀ ਮਨਾ ਰਹੇ ਮੇਰੇ ਸ਼ੇਰ ਪੁੱਤ ਹਾਂਜੀ ਮੰਮੀ ਮੈਂ ਇੱਥੇ ਉਹ ਜਿੰਦਰ ਆ ਵੇਖੀ ਬੱਚਾ ਹੱਥ 'ਚ ਬੰਬਣਾ ਚਲਾ ਲੇ ਇੱਥੇ ਰੌਲਾ ਬੜਾ ਪਈ ਜਾਂਦਾ ਮੈਂ ਬਾਅਦ 'ਚੋਂ ਫੋਨ ਕਰਾਂ ਯਾਰ ਸਾਨੂੰ ਤੇ ਇਹ ਨਹੀਂ ਪਤਾ ਜਿਹੜੇ ਚਿਹਰੇ ਪਿੱਛੇ ਛੱਡ ਕੇ ਆਏ ਆ ਨਾ ਜ਼ਿੰਦਗੀ 'ਚ ਕਦੀ ਵੇਖਣੇ ਵੀ ਆ ਕਿ ਨਹੀਂ